ਰੇ ਮਾਨੇ ਨੇ ਕਾਬੂ ਹੋ ਗਈ ਫੁਰਕਾਣੇ ਅਸਲਾਮੁਅਲੈਕਮ ਜੀ ਪਿਆਰਿਓ ਮੈਂ ਸਜਾਦ ਜੱਟ ਵੇਖੋ ਪੰਜਾਬ ਚੈਨਲ ਤੇ ਤੁਹਾਡੇ ਨਾਲ ਮੁਖਾਤਬਾਂ ਅੱਜ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਜੀ ਪਾਕਿਸਤਾਨ ਫਿਲਮ ਇੰਡਸਟਰੀ ਦੇ ਇੱਕ ਬਹੁਤ ਵੱਡੇ ਕੋਰੀਓਗ੍ਰਾਫਰ ਹੋਏ ਨੇ ਡਾਂਸ ਮਾਸਟਰ ਡਾਂਸ ਡਾਇਰੈਕਟਰ ਉਹਨਾਂ ਤੇ ਜਿਨ੍ਹਾਂ ਤੇ ਸਮਝ ਲੋ ਕਿ ਪਹਿਲੀ ਵੀਡੀਓ ਅਸੀਂ ਕਰਨ ਜਾ ਰਹੇ ਹਾਂ ਅੱਜ ਤੱਕ ਕਿਸੇ ਨੇ ਉਸ ਬੰਦੇ ਤੇ ਪ੍ਰੋਗਰਾਮ ਕੋਈ ਨਹੀਂ ਕੀਤਾ ਹਾਲਾਂਕਿ ਪਾਕਿਸਤਾਨ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਂ ਹੈ ਉੱਚਾ ਨਾਂ ਆਇਓ ਉਹਨਾਂ ਦਾ ਨਾਂ ਸੀ ਜੀ ਹਮੀਦ ਚੌਧਰੀ ਸਾਹਿਬ ਅੱਜ ਅਸੀਂ ਪਹਿਲੀ ਦਫ਼ਾ ਉਹਨਾਂ ਤੇ ਆ ਵੀਡੀਓ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਯਕੀਨਨ ਮਜ਼ਾ ਆਏਗਾ ਦੱਸਾਂਗੇ ਕਿ ਕਿਵੇਂ ਉਹਨਾਂ ਨੇ 50 ਸਾਲਾਂ ਫਿਲਮੀ ਕੈਰੀਅਰ ਕਿਵੇਂ ਗੁਜ਼ਾਰਿਆ 1960 ਦੀ ਦਹਾਈ ਵਿੱਚ ਆਏ ਤੇ 2010 ਤੱਕ ਉਹਨਾਂ ਨੇ ਬੇਸ਼ੁਮਾਰ ਫਿਲਮਾਂ ਦੀ ਫਿਲਮਾਂ ਵਿੱਚ ਕੰਮ ਵੀ ਕੀਤਾ ਡਾਂਸ ਵੀ ਸਿਖਾਇਆ ਡਾਂਸ ਡਾਇਰੈਕਟਰ ਦੀ ਖਿਦਮਤ ਵੀ ਦਿੱਤੀਆਂ ਫਿਰ ਮਜ਼ੇ ਦੀ ਗੱਲ ਹੈ ਪਾਕਿਸਤਾਨ ਦਾ ਵਾਹਿਦ ਐਸਾ ਡਾਂਸ ਡਾਇਰੈਕਟਰ ਸੀ ਕਿ ਜਿਹੜਾ ਖੁਦ ਫਿਲਮਾਂ 'ਚ ਹੀਰੋ ਵੀ ਆਇਆ ਫਿਲਮਾਂ ਇਹਨੇ ਪ੍ਰੋਡਿਊਸ ਵੀ ਕੀਤੀਆਂ ਫਿਰ ਐਜ਼ ਅ ਡਾਇਰੈਕਟਰ ਵੀ ਇਸ ਬੰਦੇ ਨੇ ਫਿਲਮਾਂ ਬਣਾਈਆਂ ਤੇ ਬਹੁਤ ਮਸ਼ਹੂਰ ਫਿਲਮ ਹੈ 1970 ਦੀ ਹੀ ਰਾਜਾ ਉਹਦੇ 'ਚ ਫਿਰਦੌਸ ਜੀ ਉਹਨਾਂ ਨੇ ਡਾਂਸ ਵੀ ਸਿਖਾਇਆ ਆਓ ਫਿਰ ਅੱਜ ਉਹਨਾਂ ਤੇ ਗੱਲਬਾਤ ਕਰਾਂਗੇ ਉਸ ਤੋਂ ਪਹਿਲੇ ਗੁਜ਼ਾਰਿਸ਼ ਹੈਕਰ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤਾਂ ਕਿ ਮਜ਼ੀਦ ਐਸ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਤੱਕ ਲਿਆਉਂਦੇ ਰਹੀਏ ਤੇ ਤੁਸੀਂ ਮਹਿਸੂਸ ਹੁੰਦੇ ਰਹੋ ਸੋਨੋ ਜਦੋਂ ਹਮੀਦ ਚੌਧਰੀ ਸਾਹਿਬ ਫਿਲਮ ਇੰਡਸਟਰੀ ਆਏ ਨੇ ਹਾਲੀਵੁੱਡ ਵਿੱਚ ਆਏ ਨੇ ਨਾ ਪੈਰ ਪਾਇਆ ਉਹਨਾਂ ਨੇ ਉਦੋਂ ਅਜੇ ਬਿਲਕੁਲ ਤੀਲਾ ਜਿਹੇ ਪਤਲੇ ਜੇ ਨਿੱਕੀ ਜੀ ਉਮਰ ਸੀ ਉਹਨਾਂ ਦੀ ਲੇਕਿਨ ਸ਼ੌਕਸੀਅਤ ਕੰਮ ਦਾ ਆ ਕਿ ਉਹਨਾਂ ਨੇ ਕੀ ਹੋਇਆ ਕਿ ਐਕਸਟਰਾ ਵੇ ਜਿਹੜੇ ਤੁਹਾਨੂੰ ਪਤਾ ਹੈ ਹੀਰੋ ਦੇ ਪਿੱਛੇ ਕੋਰਸ ਗਾਉਣ ਵਾਲੇ ਜਿਹੜੇ ਹੁੰਦੇ ਨੇ ਮੁੰ ਉਹਨਾਂ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਮਾਰੇ ਮੋਟੇ ਸਟੈਪ ਲੈਣ ਲੱਗ ਪਏ ਜਿੱਥੇ ਉਹਨਾਂ ਨੂੰ ਆਖਿਆ ਗਿਆ ਕਿ ਨਹੀਂ ਪਹਿਲੇ ਡਾਂਸ ਸਿੱਖੋ ਸਰਕਾਰ ਜੇ ਕੰਮ ਕਰਨਾ ਹੈ ਤਾਂ ਡਾਂਸ ਸਿੱਖੋ ਲਿਆਜ਼ਾ ਉਹਨਾਂ ਨੇ ਉਸ ਵੇਲੇ ਦੇ ਬਹੁਤ ਵੱਡੇ ਡਾਂਸ ਡਾਇਰੈਕਟਰ ਸਨ ਸਮਰਾੜ ਬਰਾਦਰਾਂ ਮਾਸਟਰ ਆਸ਼ਿਕ ਸਮਰਾੜ ਤੇ ਮਾਸਟਰ صدیق ਸਮਰਾੜ ਸਾਹਿਬ ਉਹਨਾਂ ਦੀ ਉਹਨਾਂ ਦੀ ਉਹਨਾਂ ਬਕਾਇਦਾ ਸ਼ਾਗਿਰਦੀ اختیار ਕੀਤੀ ਸ਼ਾਗਿਰਦ ਬਣੇ ਫਿਰ ਉਹਨਾਂ ਕੋਲ ਡਾਂਸ ਦੀ ਤਰਬੀਅਤ ਲਈ ਫਿਰ ਅੱਗੇ ਉਹਨਾਂ ਐਸ ਐਸ ਆ ਲਾਜ਼ਵਾਲ ਉਸ ਬੰਦੇ ਨੇ ਕੰਮ ਕਰ ਕਰ ਦਿੱਤਾ ਨੇ ਅਸੀਂ ਅਸੀਂ ਸੁਪਰ ਡੂਪਰ ਹਿੱਟ ਫਿਲਮਾਂ ਦਿੱਤੀਆਂ ਨੇ ਕਿ ਜਿਨ੍ਹਾਂ ਦਾ ਨਾਂ ਸਮਝੋ ਕਿ ਮੈਂ ਇੱਥੇ ਗਿਣਵਾ ਨਹੀਂ ਸਕਦਾ ਇੰਨੀਆਂ ਜ਼ਿਆਦਾ ਉਹਨਾਂ ਦੇ ਕ੍ਰੈਡਿਟ ਤੇ ਫਿਲਮਾਂ ਪਈਆਂ ਨੇ ਤੇ ਗਾਣੇ ਪਏ ਨੇ ਐਸੇ ਡਾਂਸ ਡਾਇਰੈਕਟਰ ਇਹਨਾਂ ਦੀ ਜਿਹੜੀ ਫਰਸਟ ਮੂਵੀ ਰਿਲੀਜ਼ ਹੋਈ ਸੀ ਉਹ ਜੀ 1963 ਵਿੱਚ ਲੱਗੀ ਸੀ ਜਿਹਦਾ ਨਾਂ ਸੀ ਝੂੜੀਆਂ ਜਿਹੜੀ ਕਿ ਬੜੀ ਆਊਟ ਕਲਾਸ ਫਿਲਮ ਸੀ ਸੁਪਰ ਡੂਪਰ ਹਿੱਟ ਫਿਲਮ ਸੀ ਜਿਹਦੇ ਹੀਰੋ ਅਕਮਲ ਸਾਹਿਬ ਸ਼ਹਜ਼ਾਦੇ ਹੀਰੋ ਵੀ ਕੀ ਯਾਰ ਬੋਲਣ ਦਾ ਅੰਦਾਜ਼ ਉਸ ਬੰਦੇ ਦਾ ਪੰਜਾਬੀ ਫਿਲਮਾਂ 'ਚ ਸੁਭਾਨ ਅੱਲਾਹ ਦੂਸਰੇ ਨੰਬਰ ਤੇ ਹੀਰਵਾਨਸ ਹਨ ਲੈਲਾ ਕਿ ਜਿਨ੍ਹਾਂ ਨੂੰ ਉਹਨੇ ਡਾਂਸ ਸਿਖਾਇਆ ਫਿਰ ਇਸੇ ਸਾਲ ਹੀ 1963 ਵਿੱਚੀ ਫਿਲਮ ਇਹਨਾਂ ਦੀ ਲੱਗੀ ਕਾਲਾ ਪਾਣੀ ਉਹਦੇ ਵਿੱਚ ਵੀ ਇਹ ਐਜ਼ ਅ ਡਾਂਸ ਮਾਸਟਰ ਇਹਨਾਂ ਨੇ ਕੰਮ ਕੀਤਾ ਜਿਹਦੇ ਵਿੱਚ ਅਦਾਕਾਰਾ ਸ਼ਮੀ ਮਾਰਾ ਹੋਰਾਂ ਨੂੰ ਇਹਨਾਂ ਨੇ ਡਾਂਸ ਸਿਖਾਇਆ ਪਰ ਇਹਨਾਂ ਦੀਆਂ ਫਿਲਮਾਂ ਜਿੰਨੀਆਂ ਵੀ ਨੇ ਨਾ ਉਹਨਾਂ ਵਿੱਚੋਂ ਇਹਨਾਂ ਦੀ ਅਗਰ ਸਭ ਤੋਂ ਕੋਈ ਉੱਚੀ ਫਿਲਮ ਹੈ ਜਿਹੜੀ ਕਿ ਬਹੁਤ ਜ਼ਿਆਦਾ ਮਸ਼ਹੂਰ ਹੈ ਸਮਝੋ ਕਿ ਹਮੇਸ਼ਾ ਹੀ ਉਹ ਮਸ਼ਹੂਰ ਰਹੇਗੀ ਉਹਦਾ ਨਾਮ ਉਚਾਰਿਆ ਜਾਏਗਾ ਉਹ ਜੀ ਲੋਕ ਦਾਸਤਾں ਤੇ ਬਣੀ ਫਿਲਮ ਹੈ 1970 ਦੀ ਹੀਰ ਹੀ ਰਾਜਾ ਜਿਹਦੇ ਵਿੱਚ ਉਹਨਾਂ ਨੇ ਫਿਰਦੋਸ ਬੇਗਮ ਜੂਰਾ ਨੂੰ ਤੇ ਜ਼ਮਰਦ ਬੇਗਮ ਜੂਰਾ ਨੂੰ ਦੋਨਾਂ ਨੂੰ ਡਾਂਸ ਸਿਖਾਇਆ ਫਿਰ 1985 ਦੀ ਇਹਨਾਂ ਦੀ ਫਿਲਮ ਬੜੀ ਸ਼ਾਨਦਾਰ ਹੈ ਜੀ ਮਹਿੰਦੀ ਉਹਦੇ ਵਿੱਚ ਵੀ ਇਹਨਾਂ ਨੇ ਐਜ਼ ਏ ਡਾਂਸ ਡਾਇਰੈਕਟਰ ਕੰਮ ਕੀਤਾ ਫਿਰ 1986 ਦੀ ਬੜੀ ਆਊਟ ਕਲਾਸ ਫਿਲਮ ਹੈ ਕੈਦੀ ਪੰਜਾਬੀ ਫਿਲਮ ਉਹਦੇ ਵਿੱਚ ਵੀ ਇਹਨਾਂ ਨੇ ਖਿਦਮਤਾਂ ਦਿੱਤੀਆਂ ਐਜ਼ ਏ ਡਾਂਸ ਡਾਇਰੈਕਟਰ ਤੇ ਹੁਣ ਤੁਹਾਨੂੰ ਨਾਲ-ਨਾਲ ਦੱਸ ਦੇਈਏ ਕਿ ਜਿਹੜੀਆਂ ਫਿਲਮਾਂ 'ਚ ਉਹਨਾਂ ਨੇ ਅਦਾਕਾਰੀ ਕੀਤੀ ਐਕਟਿੰਗ ਕੀਤੀ ਉਹ ਕਿਹੜੀਆਂ ਸਨ ਐਜ਼ ਏ ਐਕਟਰ ਇਹਨਾਂ ਦੀ ਪਹਿਲੀ ਫਿਲਮ 1958 ਵਿੱਚ ਲੱਗੀ ਸੀ ਹਾਂਜੀ 1958 ਵਿੱਚ ਇਹਨਾਂ ਦੀ ਐਜ਼ ਏ ਐਕਟਰ ਪਹਿਲੀ ਫਿਲਮ ਆਈ ਸੀ ਜਿਹਦਾ ਨਾਂ ਸੀ ਚੰਗੇਜ਼ ਖਾਨ ਯਾਨੀ ਕਿ ਐਜ਼ ਏ ਡਾਂਸ ਡਾਇਰੈਕਟਰ ਆਉਣ ਤੋਂ ਪਹਿਲੇ ਇਹਨਾਂ ਨੇ ਫਿਲਮਾਂ ਵਿੱਚ ਅਦਾਕਾਰੀ ਵੀ ਸ਼ੁਰੂ ਕਰ ਦਿੱਤੀ ਸੀ ਬਤੌਰ ਅਦਾਕਾਰ ਅਸਲ ਐਂਟਰ ਹੋਏ ਸਨ ਲੇਕਿਨ ਅੱਗੇ ਚੱਲ ਕੇ ਫਿਰ ਇਹਨਾਂ ਨੂੰ ਡਾਂਸ ਦਾ ਸ਼ੌਕ ਪੈ ਗਿਆ ਤੇ ਇਸ ਸ਼ੋਭੇ ਵਿੱਚ ਆ ਗਏ ਤੇ ਮਜ਼ੇ ਦੀ ਗੱਲ ਇੱਕ ਹੋਰ ਸੁਣ ਲਓ ਕਿ 1972 ਵਿੱਚ ਇਹਨਾਂ ਨੇ ਇੱਕ ਫਿਲਮ ਬਣਾਈ ਸੀ ਜ਼ਿੰਦਗੀ ਕੇ ਮੇਲੇ ਉਰਦੂ ਮੂਵੀ ਸੀ ਉਹਦੇ ਵਿੱਚ ਸਰਕਾਰ ਇਹ ਜਿਹੜੇ ਆਪਣਾ ਹਮੀਰ ਚੌਧਰੀ ਸਾਹਿਬ ਨੇ ਬਤੌਰ ਉਹਨਾਂ ਨੇ ਫਸਟ ਹੀਰੋ ਕੰਮ ਕੀਤਾ ਜ਼ਮਰਦ ਹੀਰਵਣ ਸਨ ਇਸ ਤੋਂ ਵੀ ਇੰਟਰਸਟਿੰਗ ਗੱਲ ਏ ਵੇ ਕਿ ਇਸ ਫਿਲਮ ਵਿੱਚ ਫਸਟ ਹੀਰੋ ਸਨ ਹਮੀਰ ਚੌਧਰੀ ਸਾਹਿਬ ਸੈਕੰਡ ਹੀਰੋ ਪਤਾ ਕੌਣ ਸਨ ਸੁਲਤਾਨ ਰਾਏ ਸਾਹਿਬ ਨਾਲ आलिया बेगम ਉਹਨਾਂ ਨੇ ਸੈਕੰਡ ਹੀਰੋ ਦਾ ਰੋਲ ਕੀਤਾ ਤੇ ਇਹ ਫਿਲਮ ਦੀ ਦੇ ਪ੍ਰੋਡਿਊਸਰ ਵੀ ਖੁਦ ਹਮੀਰ ਚੌਧਰੀ ਸਾਹਿਬ ਸਣ ਇਹ ਫਿਲਮ ਜਿਹੜੀ ਇਹ ਨਾ ਬਦਕਿਸਮਤੀ ਨਾਲ ਡੈਡ ਫਲॉप ਹੋ ਗਈ ਸੀ ਤੇ ਟੋਟਲ ਹਮੀਰ ਚੌਧਰੀ ਸਾਹਿਬ ਨੇ ਕੋਈ ਵੀ ਫਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਕੀਤਾ ਲੇਕਿਨ ਇਹ ਅਦਾਕਾਰੀ ਵਿੱਚ ਜਿਹੜੇ ਨੇ ਕਾਮਯਾਬ ਨਾ ਹੋ ਸਕੇ ਤੇ ਫਿਰ ਇਹ ਦੂਸਰੇ ਪਾਸੇ ਆ ਗਏ ਹਾਂ ਉਸ ਦੇ ਨਾਲ ਨਾਲ ਫਿਰ ਜਿਹੜੇ ਅਦਾਕਾਰੀ ਜਿਹੜੇ ਕਾਮਯਾਬ ਨਹੀਂ ਹੋਏ ਤੇ ਇਹਨਾਂ ਨੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਬਤੌਰ ਪ੍ਰੋਡਿਊਸਰ ਤੇ ਬਤੌਰ ਡਾਇਰੈਕਟਰ ਦੋ ਫਿਲਮਾਂ ਵੀ ਬਣਾ ਚੜੀਆਂ 1973 ਵਿੱਚ ਨਾ ਸ਼ਰਾਬੀ ਫਿਲਮ ਬਣਾਈ ਜਿਹਦਾ ਟਾਈਟਲ ਰੋਲ ਕੀਤਾ ਸੀ ਸੰਤੋਸ਼ ਕੁਮਾਰ ਉਹਦੇ ਵਿੱਚ ਨਗਮਾ ਤੇ ਹਬੀਬ ਦੀ ਜੋੜੀ ਵੀ ਹੈ ਸੀ ਤੇ ਦੂਸਰੀ ਫਿਲਮ ਸੀ 1978 ਦੀ ਇਬਰਤ ਜਿਹਦੇ ਵਿੱਚ ਜਿਹਦਾ ਟਾਈਟਲ ਰੋਲ ਸੁਲਤਾਨ ਰਾਏ ਨੇ ਕੀਤਾ ਤੇ ਨਾਲ ਸਨ ਆਸੀਆ ਬੇਗਮ ਹੋਰੀ ਇਹ ਦੋਨੋਂ ਫਿਲਮਾਂ ਬੁਰੀ ਤਰ੍ਹਾਂ ਜਿਹੜੀਆਂ ਨੇ ਫਲॉप ਹੋ ਗਈਆਂ ਅਸਲ ਤੇ ਤੀਸਰੀ ਫਿਲਮ ਇਹ ਬਣਾ ਰਹੇ ਸਾਂ ਜਿਹੜੀ ਕਿ ਰਿਲੀਜ਼ ਨਾ ਹੋ ਸਕੀ ਉਹ ਅੱਧ ਵਿੱਚ ਹੀ ਰਹਿ ਗਈ ਉਹਦਾ ਨਾਮ ਸੀ ਪਿਆਸ ਉਹਦੇ ਟਾਈਟਲ ਰੋਲ ਵਿੱਚ ਉਹਨਾਂ ਨੇ ਲਿਆ ਸੀ ਆਪਣਾ ਸ਼ਬਨਮ ਨੂੰ ਤੇ ਨਾਲ ਸਾਨ ਉਹਨਾਂ ਦੇ شاہਦ ਸਾਹਿਬ ਲੇਕਿਨ ਉਹ ਕਿਸੇ ਵਜ੍ਹਾ ਦੀ ਵਜ੍ਹਾ ਤੋਂ ਫਿਲਮ ਜਿਹੜੀ ਹੈ ਨਾ ਪੂਰੀ ਹੋ ਸਕੀ ਤੇ ਬਾਕੀ ਜਿਹੜੀਆਂ ਕੁਝ ਮਸ਼ਹੂਰ ਫਿਲਮਾਂ ਦੇ ਨਾਮ ਤੁਹਾਨੂੰ ਦੱਸਣੀਆਂ ਕਿ ਜਿਹਦੇ ਵਿੱਚ ਇਹ ਡਾਸ ਡਾਇਰੈਕਟਰ ਸਨ ਉਹਨਾਂ ਵਿੱਚੋਂ ਮਲੰਗੀ ਫਿਲਮ ਇੱਕ ਅਹਿਦ ਸਾਜ਼ ਫਿਲਮ ਹੋਈ ਜਿਹੜੇ ਹੀਰੋਸਨ ਅਕਮਲ ਸਾਹਿਬ ਜਿਹੜੀ ਕਿ ਉਹ ਫਰੰਗੀਆਂ ਤੇ ਬਣੀ ਫਿਲਮ ਸੀ ਬੜੀ ਸ਼ਾਨਦਾਰ ਫਿਲਮ ਹੈ ਉਹ ਵੀ ਇਹਨਾਂ ਦੇ ਕ੍ਰੈਡਿਟ ਤੇ ਪਈ ਹੈ ਫਿਰ 1971 ਦੀ ਬੜੀ ਸੋਹਣੀ ਫਿਲਮ ਹੈ ਜੀ ਪਹਿਲਵਾਨ ਜੀ ਲੰਡਨ ਉਹਦੀ ਵੀ ਇਹਨਾਂ ਨੇ ਜਿਹੜਾ ਨਾ ਬਤੌਰ ਡਾਂਸ ਮਾਸਟਰ ਇਹਨਾਂ ਆਪਣੀਆਂ ਖਿਦਮਤਾਂ ਦਿੱਤੀਆਂ ਫਿਰ ਲੈਜੈਂਡ ਫਨਕਾਰ ਮਨਵਰ ਜ਼ਰੀਫ ਸਾਹਿਬ ਸ਼ਾਨਸ਼ਾਹ ਜ਼ਰਾਫਤ ਉਹਨਾਂ ਦੀ ਸਭ ਤੋਂ ਵੱਡੀ ਫਿਲਮ ਬਤੌਰ ਹੀਰੋ ਜਿਹੜੀ ਹੈ 1974 ਦੀ ਨੌਕਰ ਬੋਟੀ ਦਾ ਉਹਦੇ ਵਿੱਚ ਵੀ ਬਤੌਰ ਇਹਨਾਂ ਨੇ ਡਾਂਸ ਡਾਇਰੈਕਟਰ ਜਿਹੜਾ ਕੰਮ ਕੀਤਾ ਫਿਰ ਫਿਲਮ ਮੇਰੀ ਭਾਬੀ ਤੁਹਾਡੀ ਇੱਜ਼ਤ ਦਾ ਸਵਾਲ ਏ ਇਹਨਾਂ ਵਿੱਚ ਵੀ ਇਹਨਾਂ ਨੇ ਬਤੌਰ ਡਾਂਸ ਡਾਇਰੈਕਟਰ ਕੰਮ ਕੀਤਾ ਫਿਰ ਜੀ ਫਿਲਮ ਮਿਰਜ਼ਾ ਜੱਟ ਫਿਰ ਦੇਸ਼ ਮੇਰਾ ਜੀਦਾਰਾਂ ਦਾ 1971 ਦੀ ਫਿਰ 84 ਦੀ ਫਿਲਮ ਜੀ ਉੱਚਾ ਸ਼ਿਮਲਾ ਜੱਟ ਦਾ ਸ਼ਾਨਦਾਰ ਫਿਲਮ ਹੈ ਜਿਹਦੇ ਵਿੱਚ ਇਹਨਾਂ ਕੋਰੀਓਗ੍ਰਾਫੀ ਦੀ ਖਿਦਮਤਾਂ ਦਿੱਤੀਆਂ ਫਿਰ ਇੱਕ ਬੜੀ ਹੀ ਆਊਟ ਕਲਾਸ ਤਰੀਕੀ ਫਿਲਮ ਜਿਹਦੇ ਹੀਰੋ ਅਕਮਲ ਸਾਹਿਬ ਇਮਾਮਦੀਨ ਗੋਹਾਵਿਆ ਜਿਹੜੀ ਇੱਕ ਸੱਚੀ ਦਾਸਤਾਨ ਤੇ ਬਣੀ ਫਿਲਮ ਉਹਦੇ ਵੀ ਡਾਂਸ ਮਾਸਟਰ ਹਮੀਰ ਚੌਧਰੀ ਸਾਹਿਬ ਫਿਰ 1992 ਦੀ ਹਿਜਰਤ ਫਿਲਮ ਫਿਰ 2002 ਵਿੱਚ ਫਿਲਮ ਇਹਨਾਂ ਦੀ ਆਈ ਸੌਦ ਦੀ ਸੌਦ ਨੇ ਬਤੌਰ ਹੀਰੋ ਕੰਮ ਕੀਤਾ ਜੀਓ ਜੱਟਾ ਉਹਦੀ ਉਹਦੇ ਵਿੱਚ ਵੀ ਇਹ ਡਾਂਸ ਮਾਸਟਰ ਸਨ ਤੇ ਹਮੀਸ਼ ਚੌਧਰੀ ਸਾਹਿਬ ਦੀ ਐਜ਼ ਅ ਡਾਂਸ ਡਾਇਰੈਕਟਰ ਆਖਰੀ ਫਿਲਮ ਲਾਸਟ ਜਿਹੜੀ ਹੈ ਉਹ ਮੂਵੀ ਉਹ ਸੀ ਜੀ ਲਾਡੋ ਜਿਹੜੀ 2010 ਵਿੱਚ ਲੱਗੀ ਸੀ ਇਹ ਵਾਹਦ ਐਸੇ ਡਾਂਸ ਡਾਇਰੈਕਟਰ ਨੇ ਕਿ ਜਿਨ੍ਹਾਂ ਤੇ ਫਿਲਮਾਂ ਵਿੱਚ ਲਾ ਤਦਾਦ ਢੇਰ ਗਿਣਤੀ ਵਿੱਚ ਗਾਣੇ ਨਾਲ ਤੇ ਪਿਕਚਰਾਈਜ਼ ਹੋਏ ਫਿਲਮਾਏ ਗਏ ਤੇ ਇਹਨਾਂ ਦੇ ਸ਼ਾਗਿਰਦਾਂ ਦੀ ਤਦਾਦ ਵੀ ਢੇਰਾਂ ਵਿੱਚ ਜਿਹੜੇ ਗਿਣਤੀ ਨਹੀਂੋਂ ਬਾਹਰ ਜਿਨ੍ਹਾਂ ਵਿੱਚੋਂ ਪਸ਼ਤੋ ਫਿਲਮਾਂ ਦੀ ਟੌਪ ਦੀ ਹੀਰੋਇਨ ਯਾਸਮੀਨ ਖਾਨ ਇਹਨਾਂ ਦੀ ਸ਼ਾਗਿਰਦ ਸੀ ਫਿਰ ਡਾਂਸ ਮਾਸਟਰ ਲਿਆਕਤ ਚੌਧਰੀ ਵੀ ਇਹਨਾਂ ਦੇ ਸ਼ਾਗਿਰਦ ਫਿਰ ਅਸ਼ਰਫ ਸ਼ਰਾਜ਼ੀ ਸਾਹਿਬ ਵੀ ਇਹਨਾਂ ਦੇ ਸ਼ਾਗਿਰਦ ਬੜੀ ਬਹੁਤ ਮਜ਼ੇਦਾਰ ਗੱਲ ਹੈ ਕਿ ਜਿਹੜੀ ਤੁਹਾਨੂੰ ਸੁਣ ਕੇ ਲਤਫ ਆਏਗਾ ਉਹ ਇਹ ਵੇ ਕਿ ਉਹ ਜਦੋਂ ਫਿਲਮਾਂ ਤੋਂ 2010 ਵਿੱਚ ਛੱਡ ਗਏ ਨਾ ਉਸ ਤੋਂ ਬਾਅਦ ਉਹ ਦੀਨ ਵਾਲੇ ਪਾਸੇ ਰਾغب ਹੋ ਗਏ ਸਨ ਤੇ ਆਪਣੇ ਇਹ ਪਿਛਲੀ ਜਿਹੜੀ ਜ਼ਿੰਦਗੀ ਹੈ ਫਿਲਮੀ ਲਾਈਫ ਇਹਦੇ ਤੋਂ ਬਹੁਤ ਜ਼ਿਆਦਾ ਉਹ ਸ਼ਰਮਿੰਦਾ ਰਹਿੰਦੇ ਸਨ ਯਾਨੀ ਕਿ ਰੱਬ ਤੋਂ ਮਾਫੀ ਮੰਗਦੇ ਰਹਿੰਦੇ ਸੀ ਜੋ ਵੀ ਗਲਤੀਆਂ ਕੁਤਾਈਆਂ ਹੋਈਆਂ یعنی ہمیشہ افسوس کرتے ਰਹਿੰਦੇ ਸੀ ਤੇ ਇਹੋ ਹੀ زندہ ضمیر دی نشانی ਹੁੰਦੀ ਹੈ ਕਿ انسان ਆਖਰ ਗਲਤੀਆਂ ਕਰਦਾ ਤੇ ਰੱਬ ਕਹਿੰਦਾ ਮੇਰੇ ਕੋ ਮਾਫੀ ਤੇ ਮੰਗ ਕੇ ਵੇਖੋ ਫਿਰ ਯਕੀਨਨ ਉਹਨਾਂ ਨੇ ਰੱਬ ਤੋਂ ਜ਼ਰੂਰ ਮਾਫੀ ਮੰਗੀ ਹੋएगी ਜਿਉ ਸ਼ਰਮਿੰਦਾ ਸਨ ਜ਼ਰਾਇਤੋਂ ਇਹੋ ਹੀ ਪਤਾ ਲੱਗਿਆ ਜਿਉ ਬਹੁਤ ਜ਼ਿਆਦਾ ਸ਼ਰਮਿੰਦਾ ਸਨ ਆਪਣੀ ਫਿਲਮੀ ਪਿਛਲੀ ਲਾਈਫ ਤੇ ਤੇ ਗੋ ਉਹਨਾਂ ਬਿਲਕੁਲ ਛੱਡ ਦਿੱਤੀ ਮਾਸ਼ਾਅੱਲਾ ਸੁਣ ਤੇ ਰਸੂਲ ਦਾੜੀ ਰੱਖ ਲਈ ਸੀ ਉਹਨਾਂ ਨੇ ਤੇ دین ਵਾਲੇ ਪਾਸੇ ਰਾਗਬ ਹੋ ਗਏ ਸਨ ਫਿਰ ਦੀ ਫਿਰ ਜੀ ਆਪਣਾ ਸੰ 2009 ਵਿੱਚ ਲਾਹੌਰ ਵਿੱਚ ਉਹਨਾਂ ਦਾ ਇੰਤਕਾਲ ਹੋ ਗਿਆ ਸੀ ਇਹ ਇੱਕ ਕਹਾਣੀ ਤੁਹਾਡੇ ਸਾਹਮਣੇ ਬਿਆਨ ਕੀਤੀ ਹੈ ਜੀ ਜਿਹੜੀ ਕਿ ਅਸੀਂ ਪਹਿਲੀ ਦਫਾ ਵੇਖੋ ਪੰਜਾਬ ਤੇ ਤੁਸੀਂ ਇਹ ਉਹਨਾਂ ਤੇ ਵੀਡੀਓ ਵੇਖ ਰਹੇ ਹੋ ਹਮੀਰ ਚੌਧਰੀ ਸਾਹਿਬ ਤੇ ਉਹਨਾਂ ਨੇ ਖਰਾਜ ਤਹਸੀਨ ਪੇਸ਼ ਕੀਤਾ ਹੈ ਕਿ ਜਿਹੜਾ ਉਹ ਇੰਨੀ ਲਾਈਫ گزارਨ ਦੇ ਬਾਅਦ ਠੀਕ ਹੈ ਆਖਰੀ ਵੇਲੇ ਆ ਕੇ ਅੱਲਾਹ ਪਾਕ ਨੇ ਉਹਨਾਂ ਤੇ ਰਹਿਮਤਾਂ ਕੀਤੀਆਂ ਤੇ ਉਹ ਜਨਾਬ ਅਲੀ ਆਪਣੀ ਪਿਛਲੀ ਜ਼ਿੰਦਗੀ ਤੋਂ ਤਾਇਬ ਹੋ ਕੇ ਤੇ ਨਵੇਂ ਸਫਰ ਵਾਲੇ ਪਾਸੇ ਆ ਗਏ ਦੁਆ ਗੋਵਾ ਕਿ ਮਾਲਕ ਉਹਨਾਂ ਦੇ ਅਗਲੇ ਜਿਹੜੇ ਨੇ ਸਫਰ ਅਗਲੀ ਆਖਰ ਜਿਹੜੀ ਹੈ ਅੱਲਾਹ ਪਾਕ ਆਸਾਨ ਫਰਮਾਏ ਜੰਨਤੁਲ ਫਿਰਦੌਸ ਦੇ ਸੋਨਾ ਘਰ عطا ਫਰਮਾਏ ਤੇ ਉਹਨਾਂ ਦੇ ਪਿਛਲੇ ਆਲ ਔਲਾਦ ਤੇ ਅੱਲਾਹ ਪਾਕ ਆਪਣੀ ਰਹਿਮਤਾ ਕਰੇ ਦਿਓ ਜਾਜ ਤਾਂ ਕਿਸੇ ਹੋਰ ਵੀਡੀਓ ਦੇ ਨਾਲ ਮੁਲਾਕਾਤ ਹੋਏਗੀ ਆਪਣਾ ਬਹੁਤ ਸਾਰਾ ਖਿਆਲ ਰੱਖੋ ਜੀ ਰੱਬ ਰਾਖਾ